ਸਾਰੇ ਆਪਣੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਾਡੇ ਨਾਲ ਤੁਹਾਡੇ ਸਾਰੇ ਹਰਮਨ ਪਿਆਰੇ ਰਣਜੀਤ ਬਾਵਾ ਜੀ ਸਾਡੇ ਨਾਲ ਨੇ ਜੀ। ਤੇ ਹਾਂਜੀ ਰਣਜੀਤ ਬਾਵਾ ਜੀ, ਭਾਜੀ ਕਰੋ ਜਰਾ ਸਾਰੇ ਦਰਸ਼ਕਾਂ ਨੂੰ ਫਤਿਹ ਬੁਲਾਓ ਜੀ। ਹਾਂਜੀ ਰਣਜੀਤ ਬਾਵਾ ਭਾਜੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਤੁਹਾਨੂੰ ਤੁਹਾਨੂੰ ਨਿੱਘੀ ਜੀਆਂ ਕਹੀ ਜਾਂਦੀ ਆ ਰੇਡੀਓ ਏਮ 900 ਪੰਜਾਬੀ ਤੇ। ਸੋ ਸਭ ਤੋਂ ਪਹਿਲਾਂ ਤੁਹਾਨੂੰ ਬੜਾ ਪਿਆਰ ਮਿਲ ਰਿਹਾ, ਤੁਹਾਡੇ ਸਾਰੇ ਜੋ ਕਾਂਸਰਟਸ ਹੈਗੇ ਆ ਉਹ ਸੋਲਡ ਆਊਟ ਜਾ ਰਹੇ ਹੈਗੇ ਆ, ਤੁਹਾਨੂੰ ਇੰਨਾ ਪਿਆਰ ਮਿਲ ਰਿਹਾ। ਪਹਿਲਾਂ ਦੱਸੋ ਕਿ ਤੁਹਾਨੂੰ ਪਿਆਰ ਕਿੰਨਾ ਕੁ ਮਿਲ ਰਿਹਾ ਅਮਰੀਕਾ ਵਾਲਿਆਂ ਤੋਂ? ਮੈਨੂੰ ਲੱਗਦਾ ਕਿ ਕਾਫੀ ਇਸ ਲਈ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਜੀ, ਜਦੋਂ ਦੇਖੋ ਜਦੋਂ ਵੀ ਉਹਨੂੰ ਕੋਈ ਵੀ ਕਿਤੇ ਵੀ ਦੁਨੀਆਂ ਦੇ ਵਿੱਚ ਇੱਕ ਆਰਟਿਸਟ ਲਈ ਸਭ ਤੋਂ ਬੈਸਟ ਫੀਲਿੰਗ ਇਹ ਹੁੰਦੀ ਹੈ ਕਿ ਉਹਦਾ ਕੋਈ ਸਕਸੈਸਫੁਲ ਸ਼ੋਅ ਹੋਵੇ ਜੀ, ਤੇ ਉਹ ਇੱਕ ਆਰਟਿਸਟ ਸੀ ਉਹ ਫੀਲਿੰਗ ਸਮਝ ਸਕਦਾ। ਸੋ ਅਸੀਂ ਹੁਣ ਤੱਕ 5 ਸ਼ੋਅ ਡਨ ਕਰ ਚੁੱਕੇ ਹਾਂ ਹਾਂਜੀ, ਤੇ ਅੱਜ ਅਸੀਂ ਸੈਨੋਜ਼ੇ ਹਾਂ, ਰਾਤ ਅਸੀਂ ਸ਼ੋਅ ਕਰਕੇ ਆਏ ਹਾਂ ਸਿਆਟਲ, ਜਸਟ ਹੁਣ ਏਅਰਪੋਰਟ ਪਹੁੰਚੇ ਹਾਂ ਤੇ ਕੱਲ ਨੂੰ ਅਸੀਂ ਆਉਣਾ ਜੀ ਫ੍ਰਿਜਨੋ, ਤੇ ਫ੍ਰਿਜਨੋ ਵਾਲਾ ਵੀ ਸਾਡਾ ਸ਼ੋਅ ਵੋਰਾ ਸਾਹਿਬ ਉਹਨਾਂ ਦੀ ਟੀਮ ਨੇ ਆਲਰੇਡੀ ਸੋਲਡ ਆਊਟ ਕੀਤਾ ਹੋਇਆ ਜੀ, ਤੇ ਬਹੁਤ ਐਕਸਾਈਟਡ ਆ ਜੀ, ਬਹੁਤ ਬੜੇ ਕਰਮਾਂ ਵਾਲੇ। ਮੈਂ ਕਹਿੰਦਾ ਕਿ ਆਰਟਿਸਟ ਕਰਮਾਂ ਵਾਲੇ ਹੁੰਦੇ ਜਿਹਨਾਂ ਨੂੰ ਲੋਕਾਂ ਦਾ ਪਿਆਰ ਮਿਲਦਾ। ਵਾਹ ਜੀ ਵਾਹ। ਅਸੀਂ ਵੀ ਉਹਨਾਂ ਨੂੰ ਦੇਖਾਂ ਜੀ। ਰਣਜੀਤ ਬਾਪਾ ਜੀ, ਤੁਹਾਡੇ ਤੁਸੀਂ ਕਰਮਾਂ ਦੀ ਗੱਲ ਕੀਤੀ ਹੈ ਨਾ, ਪਰਮਾਤਮਾ ਨੇ ਤੁਹਾਡੀ ਇੱਕ ਬੜੀ ਸੋਹਣੀ ਡਿਊਟੀ ਲਾਈ ਆ, ਕਿਉਂਕਿ ਅਸੀਂ ਨਾ ਜਦੋਂ ਆਪਣਾ ਫਾਰਮਰ ਪ੍ਰੋਟੈਸਟ ਚੱਲ ਰਿਹਾ ਸੀ ਆਪਣੇ 2020 ਦੇ ਵਿੱਚ, ਉਹਦੀ ਕੱਲੀ ਕੱਲੀ ਚੀਜ਼ ਨੂੰ ਅਸੀਂ ਕਵਰੇਜ ਕੀਤਾ। ਈਵਨ ਤੁਸੀਂ ਜਿਹੜਾ ਬੇਰੀਏ ਦਾ ਇੱਕ ਬੜਾ ਬ੍ਰਿਜ ਉੱਤੇ ਬੜੀ ਮਸ਼ਹੂਰ ਫੋਟੋ ਤੁਸੀਂ ਦੇਖੀ ਸੀ, ਉਹਦੇ ਵਿੱਚ ਅਸੀਂ ਉਹ ਸਾਰਾ ਪ੍ਰੋਟੈਸਟ ਆਪਾਂ ਓਕਲੈਂਡ ਤੋਂ ਲੈ ਕੇ ਸਿੱਧਾ ਅਬੈਸੀ ਤੋਂ ਲੈ ਕੇ ਸਾਰੇ ਪਾਸੇ ਆਪਾਂ ਕੀਤਾ ਸੀ। ਹਾਂਜੀ ਹਾਂਜੀ। ਸੋ ਤੁਸੀਂ ਉਹਦੇ ਵਿੱਚ ਬੜਾ ਇਨਵੋਲਵ ਰਹੇ ਆ, ਤੁਸੀਂ ਬਹੁਤ ਜ਼ਿਆਦਾ, ਕਿਉਂਕਿ ਤੁਹਾਨੂੰ ਬੀਇੰਗ ਇਨ ਦਾ ਮੀਡੀਆ ਅਸੀਂ ਫਾਲੋ ਕਰਦੇ ਹਾਂ, ਤੁਹਾਡੀ ਅਸੀਂ ਕੱਲੀ ਕੱਲੀ ਗੱਲ ਦੀ ਖਬਰ ਵੀ ਰੱਖਦੇ ਹਾਂ, ਤੁਸੀਂ ਬਹੁਤ ਸਾਰਾ ਫਾਈਨੈਂਸ਼ਲੀ ਵੀ ਤੁਸੀਂ ਧੱਕਾ ਖਾਧਾ, ਤੁਹਾਡੇ ਘਰ ਰੇਡਾਂ ਵੀ ਬੜੀਆਂ ਹੋਈਆਂ, ਤਾਂ ਤੁਸੀਂ ਇੰਨੇ ਹਿੰਮਤ ਵਾਲੇ ਹੈਗੇ ਆ ਕਿ ਤੁਸੀਂ ਕਦੇ ਵੀ ਤੁਸੀਂ ਕਿਸੇ ਕੁੜੀ ਦਾ ਲੱਕ ਨਹੀਂ ਅੱਜ ਤੱਕ ਮਿਲਿਆ ਹੈਗਾ। ਮੈਂ ਤੁਹਾਨੂੰ ਆਹ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ ਉਹ ਚੰਗੇ ਕਲਾਕਾਰਾਂ ਦੇ ਵਿੱਚ ਤੁਸੀਂ ਆਪਣਾ ਨਾਂ ਲਿਖ ਲਿਆ ਹੈਗਾ, ਤਾਂ ਬਾਕੀ ਤੂਫਾਨ ਸਿੰਘ ਵਰਗੀ ਮੂਵੀ ਬਾਬਾ ਤੂਫਾਨ ਸਿੰਘ ਉਹ ਕੋਈ ਹਿੰਮਤ ਵਾਲੇ ਬਣਾ ਸਕਦਾ, ਉਹ ਹਿੰਮਤ ਤੁਹਾਨੂੰ ਸੱਚੇ ਪਾਤਸ਼ਾਹ ਨੇ ਬਖਸ਼ੀ ਆ। ਸੋ ਇਸੇ ਕਰਕੇ ਆਹ ਵੀ ਇੱਕ ਵਰਦਾਨ ਆ ਉਹ ਪਰਮਾਤਮਾ ਦਾ ਕਿ ਇਸੇ ਕਰਕੇ ਲੋਕੀ ਭੱਜ ਭੱਜ ਕੇ ਤੁਹਾਡੇ ਸ਼ੋਆਂ ਨੂੰ ਦੇਖਣ ਆਉਂਦੇ ਆ, ਤੁਹਾਨੂੰ ਪਿਆਰ ਕਰਦੇ ਆ। ਸੋ ਭਾਜੀ ਚੰਗੀ ਗਾਇਕੀ ਕਿਉਂ ਯਾਰ? ਜੇ ਕੁਛ ਬੰਦਾ ਮਾੜਾ ਕਰਦਾ ਉਹ ਵੀ ਕਿਸੇ ਨਾ ਕਿਤੇ ਤੁਹਾਡੇ ਤੇ ਕੁਦਰਤ ਮਿਹਰਬਾਨ ਨੀ ਹੁੰਦੀ ਹਨਾ, ਤੇ ਜੇ ਕੁਛ ਤੁਹਾਡੇ ਤੋਂ ਕੁਛ ਕੁਦਰਤ ਚੰਗਾ ਕਰਾ ਰਹੀ ਹੈ ਇੰਨੀ ਕਰੋੜਾਂ ਅਰਬਾਂ ਦੀ ਦੁਨੀਆਂ ਚ, ਤਾਂ ਉਹ ਚ ਵੀ ਤੁਸੀਂ ਪਰਮਾਤਮਾ ਨੂੰ ਹੀ ਉਸ ਅਕਾਲ ਪੁਰਖ ਨੂੰ ਹੀ ਕਹਿ ਸਕਦੇ ਹੋ ਵੀ ਉਹ ਹੀ ਵੱਡਾ ਆ, ਨਹੀਂ ਤਾਂ ਬੰਦਾ ਤਾਂ ਇੱਥੇ ਘੜੀ ਦਾ ਮਸਾਜ ਨੀ ਹੈ ਜੀ, ਬੰਦਾ ਤਾਂ ਕੀ ਕਰ ਸਕਦਾ, ਬੰਦਾ ਕਿਹੜੀ ਚੀਜ਼ ਦਾ ਮੈਂ ਕਰ ਸਕਦਾ। ਸੋ ਮੈਨੂੰ ਲੱਗਦਾ ਵੀ ਸਾਡਾ ਤਾਂ ਇੱਥੇ ਕੁਛ ਨੀ ਆ, ਉਹ ਮਾਲਕ ਦੀ ਰਜ਼ਾ ਆ, ਸਾਰਾ ਕੁਛ ਉਹਦੀ ਬਦੌਲਤ ਆ ਕਿ ਅਸੀਂ ਇੱਥੇ ਤੁਰ ਰਹੇ ਹਾਂ ਕਿ ਛੋਟੇ ਜਿਹੇ ਪਿੰਡਾਂ 'ਚ ਉੱਠ ਕੇ। ਤੇ ਬਾਕੀ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਆਪਣੇ ਲੋਕਾਂ ਨਾਲ ਖੜਦੇ ਹੋ, ਆਪਣੀ ਬੋਲੀ ਨਾਲ ਖੜਦੇ ਹੋ, ਆਪਣੇ ਕਲਚਰ ਨਾਲ ਖੜਦੇ ਹੋ, ਤਾਂ ਫਿਰ ਮੈਨੂੰ ਲੱਗਦਾ ਉੱਥੇ ਸਾਰੀਆਂ ਚੀਜ਼ਾਂ ਛੋਟੀਆਂ ਹੋ ਜਾਂਦੀਆਂ, ਪੈਸਾ ਕੀ ਜਾਂ ਹੋਰ ਦੂਜੀਆਂ ਤੀਜੀਆਂ ਚੀਜ਼ਾਂ ਕੀ, ਪੈਸਾ ਤੁਹਾਨੂੰ ਲੋਕੀ ਦੇ ਹੀ ਦਿੰਦੇ ਆ, ਮਾਣ ਸਤਿਕਾਰ ਦੇ ਦਿੰਦੇ ਆ, ਸੋ ਉੱਥੇ ਫਿਰ ਇਹ ਚੀਜ਼ਾਂ ਛੋਟੀਆਂ ਪੈ ਜਾਂਦੀਆਂ। ਜੇ ਤੁਸੀਂ ਅਸੀਂ ਹੁਣ ਉਹ ਮੈਨੂੰ ਲੱਗਦਾ ਕਿ ਉਹ ਇੱਕ ਹਿਸਟਰੀ ਦਾ ਹਿੱਸਾ ਬਣੇ ਆ, ਤੇ ਹਮੇਸ਼ਾ ਜਿੱਦਾਂ ਸਿਆਣੇ ਕਹਿੰਦੇ ਹੁੰਦੇ ਕਿ ਤੁਸੀਂ ਅੱਗ ਬੁਝਾਉਣ ਵਾਲਿਆਂ 'ਚ ਆਉਣੇ ਚਾਹੀਦੇ ਆ, ਲਾਉਣ ਵਾਲੇ ਜਿੱਦਾਂ ਕਈ ਹੁੰਦੇ ਆ ਨਾ, ਸੋ ਜੇ ਕਿਤੇ ਜ਼ਿਕਰ ਹੋਊਗਾ ਤਾਂ ਸਾਡਾ ਚਲੋ ਬੁਝਾਉਣ ਵਾਲਿਆਂ 'ਚ ਨਾ ਆਊਗਾ, ਤਾਂ ਉੱਥੇ ਮੈਨੂੰ ਲੱਗਦਾ ਕਿ ਸਾਰਾ ਕੁਛ ਹੀ ਕਵਰ ਹੋ ਜਾਂਦਾ, ਤੁਹਾਡੇ ਨੁਕਸਾਨ ਤੁਹਾਡਾ ਭਰਪਾਈ ਹੋ ਜਾਂਦੀ ਹੈ। ਵਾਹ ਜੀ ਵਾਹ, ਕਿਆ ਬਾਤਾਂ ਨੇ। ਸੋ ਜੱਟ ਦੀ ਅਗਲ ਤੋਂ ਤੁਸੀਂ ਬੜਾ ਵਧੀਆ ਆਪਣਾ ਕਰੀਅਰ ਸ਼ੁਰੂ ਕੀਤਾ, ਬੜਾ ਉਹਦੇ ਵਿੱਚ ਹਿਸਟੋਰੀਕਲ ਤੁਸੀਂ ਚੀਜ਼ਾਂ ਦਿਖਾਲੀਆਂ ਹੈਗੀਆਂ। ਸੋ ਬਾਕੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਬੋਰਾ ਬ੍ਰਦਰ, ਸਾਡੇ ਵਿਨੇ ਬੋਰਾ, ਵਿਕਰਮ ਬੋਰਾ ਭਾਜੀ, ਜੋ ਕਿ ਸਾਡੇ ਰੇਡੀਓ ਪ੍ਰੋਗਰਾਮ ਦੇ ਪਿਛਲੇ ਆਲਮੋਸਟ 10 ਪਲੱਸ ਸਾਲਾਂ ਤੋਂ ਗ੍ਰੈਂਡ ਸਪੋਂਸਰ ਵੀ ਆ। ਆਪਣੇ ਤਾਂ ਪੂਰੀ ਭਰਾਵਾਂ ਵਾਲੀ ਗੱਲ ਆ, ਸਾਡੇ ਇੱਧਰੋਂ ਅੰਮ੍ਰਿਤਸਰ ਕਲੱਬ ਦੇ ਜੋ ਸਾਡੇ ਮੈਂਬਰ ਸਾਹਿਬਾਨ ਹੈਗੇ ਆ, ਸਾਡੇ ਰਮਨ ਭਾਜੀ, ਰਮਨ ਸਿੱਧੂ ਐਸ ਪੀ ਪ੍ਰੋਡਕਸ਼ਨ ਵਾਲੇ, ਇੱਧਰੋਂ ਸਾਡੇ ਜਾ ਸਿੱਧੂ ਜੋ ਕਿ ਪ੍ਰਧਾਨ ਆ ਅੰਮ੍ਰਿਤਸਰ ਕਲੱਬ ਦੇ। ਸੋ ਬਹੁਤ ਬਹੁਤ ਸਾਡੇ ਭਰਾਵਾਂ ਧੰਨਵਾਦ ਆ ਭਾਜੀ, ਤੁਹਾਡੇ ਲਈ ਅਸੀਂ ਹਮੇਸ਼ਾ ਦੁਆਵਾਂ ਮੰਗਦੇ ਹਾਂ, ਤੁਹਾਡੀ
ਤੁਹਾਡੀ ਸਕਸੈਸ ਦੀਆਂ ਦੁਆਵਾਂ ਮੰਗਦੇ ਆ। ਮੈਂ ਰੇਡੀਓ ਪ੍ਰੋਗਰਾਮ 2-3 ਵੀਕਾਂ ਤੋਂ ਕਰ ਰਿਹਾ ਸੀ, ਮੈਂ ਕਿਹਾ ਵੀ ਇੰਨੀ ਤੁਸੀਂ ਰਣਜੀਤ ਬਾਵਾ ਦੀ ਸਪੋਰਟ ਕਰ ਦਿਓ ਨਾ ਇਸ ਵੇਲੇ, ਤਾਂ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਜਿਹੜੇ ਲੋਕ ਚੰਗਾ ਗਾਉਂਦੇ ਆ, ਚੰਗੀਆਂ ਮੂਵੀਆਂ ਬਣਾਉਂਦੇ ਆ, ਜਾਂ ਚੰਗੇ ਕਲਾਕਾਰ ਆ, ਚੰਗੇ ਐਕਟਰ ਆ, ਚੰਗੇ ਲਿਖਾਰੀਆਂ ਦੀ ਸਪੋਰਟ ਕਰਦੇ ਆ, ਚੰਗੇ ਗਾਉਂਦੇ ਆ, ਕਿ ਹਰ ਇੱਕ ਉਹ ਬੰਦੇ ਨੂੰ ਪਤਾ ਲੱਗ ਜਾਵੇ ਕਿ ਚੰਗੇ ਲੋਕਾਂ ਨੂੰ ਵੀ ਇੱਥੇ ਪਿਆਰ ਕਰਨ ਵਾਲੇ ਬਹੁਤ ਲੋਕੀ ਹੈਗੇ ਆ। ਸੋ ਰਣਜੀਤ ਬਾਵਾ ਭਾਜੀ, ਤੁਹਾਡੇ ਲਈ ਸਾਡੇ ਵੱਲੋਂ ਸਾਡੇ ਦਿਲਾਂ ਚੋਂ ਹਮੇਸ਼ਾ ਦੁਆਵਾਂ ਰਹਿੰਦੀਆਂ। ਬਸ਼ੱਕ ਅਸੀਂ ਸੱਤ ਸਮੁੰਦਰ ਪਾਰ ਰਹਿੰਦੇ ਹਾਂ, ਪਰ ਅਸੀਂ ਪੰਜਾਬ ਨੂੰ ਬੜਾ ਪਿਆਰ ਕਰਦੇ। ਤੁਸੀਂ ਪੰਜਾਬ ਵਰਗੀ ਗੀਤ ਬਣਾਇਆ, ਉਹ ਮੈਂ ਸੁਣਿਆ, ਆਪਣੀ ਫੈਮਿਲੀ ਨਾਲ ਬੈਠ ਕੇ ਸੁਣਿਆ, ਆਪਣੀ ਮਿਸਿਜ਼ ਸੋਨੀਆ ਸ਼ੇਰੀਗਲ ਜੀ ਨਾਲ ਬੈਠ ਕੇ ਮੈਂ ਸੁਣਿਆ, ਤਾਂ ਇੱਕ ਬੜੀ ਚੰਗੀ ਗੱਲ ਹੈ ਕਿ ਜਿਹੜੇ ਵੋਕਲ ਦੇ ਤੁਸੀਂ ਗਾ ਰਹੇ ਆ ਉਹਦੇ ਹਿਸਾਬ ਨਾਲ ਵੀਡੀਓਗ੍ਰਾਫੀ ਕੀਤੀ ਆ ਭਾਜੀ, ਆਹ ਤੁਹਾਨੂੰ ਇਹਦੀ ਵੀ ਸ਼ਾਬਾਸ਼ੀ ਆ ਯਾਰ। ਥੈਂਕ ਯੂ ਭਾਜੀ, ਬਹੁਤ ਮਿਹਰਬਾਨੀ ਸਾਹਿਬ ਜੀ, ਬਹੁਤ ਮਿਹਰਬਾਨੀ ਜੀ। ਸੋ ਬਾਕੀ ਭਾਜੀ, ਸੋ ਬਾਕੀ ਸਾਡੀਆਂ ਮਾਤਾਵਾਂ ਭੈਣਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਕੱਲ ਮਿਲਦੇ ਆ ਜੀ, ਕੱਲ ਆਓ ਸਾਰੇ ਜਾਣੇ, ਆਪਾਂ ਮਿਲ ਕੇ ਲਾਵਾਂਗੇ ਰੌਣਕ ਮੇਲੇ, ਤੁਸੀਂ ਕਰੋ ਵੋਹਰਾ ਸਾਹਿਬ ਨਾਲ ਅਗਲੀ ਸ਼ੋਅ ਦੀ ਗੱਲਬਾਤ ਜੀ, ਆਪਾਂ ਕੱਲ ਨੂੰ ਮਿਲਦੇ ਹਾਂ ਜੀ। ਸਾਰਿਆਂ ਨੂੰ ਬਹੁਤ ਪਿਆਰ, ਵੱਡਿਆਂ ਨੂੰ ਸਤਿਕਾਰ, ਚੜ੍ਹਦੀ ਕਲਾ ਚ ਰੱਖੋ। ਥੈਂਕ ਯੂ ਭਾਜੀ, ਰਣਜੀਤ ਬਾਬਾ ਜੀ ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ। ਸੋ ਬਾਕੀ ਵੀਰੇ ਵੋਰਾ ਭਾਜੀ, ਹੁਣ ਆਪਾਂ ਗੱਲਬਾਤ ਕਰੀਏ ਕੱਲ ਦੇ ਸ਼ੋਅ ਦੀਆਂ, ਜੋ ਕਿ ਫਰੈਸਨੋ ਵਿੱਚ 11 August ਨੂੰ ਆਪਣਾ ਸ਼ੋਅ ਆ ਰਿਹਾ ਰਣਜੀਤ ਬਾਬਾ ਲਾਈਵ ਇਨ ਕਾਂਸਰਟ। ਸੋ ਦੱਸੋ ਕਿ ਆਪਣੀਆਂ ਤਿਆਰੀਆਂ ਮੁਕੰਮਲ ਆ ਜੀ, ਸਾਰੀ ਗੱਲਬਾਤ ਸ਼ੁਰੂ ਕਰ ਲਓ ਜੀ। ਹਾਂਜੀ ਗੁਰਦੀਪ, ਜਿਵੇਂ ਬਾਬਾ ਭਾਜੀ ਨੇ ਕਿਹਾ ਕਿ ਸਾਰੀਆਂ ਰੌਣਕਾਂ ਲਾਈਏ ਆਪਾਂ, ਤੇ ਹਾਂਜੀ ਪੂਰਾ ਆਪਣੀ ਉੱਥੇ ਤਿਆਰੀ ਆ ਜੀ, ਕੋਈ ਇਹੋ ਜਿਹੀ ਗੱਲਬਾਤ ਨੀ, ਸਿਕਿਉਰਿਟੀ ਵਧੀਆ, ਬਸ ਹੁਣ ਤਾਂ ਇਹ ਆ ਆਡੀਅੰਸ ਆ ਜੇ ਤੇ ਆਪਾਂ ਉੱਥੇ ਰੌਣਕਾਂ ਲਾਈਏ ਸਾਰੇ ਰਲ ਕੇ, ਇਟ ਵਿਲ ਬੀ ਵੰਡਰਫੁਲ ਸ਼ੋਅ ਜੀ ਭਾਜੀ। ਬਾਕੀ ਆਪਾਂ 7:30 PM ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ, 7:30 PM ਆਪਾਂ ਪੂਰੀ ਕੋਸ਼ਿਸ਼ ਨੀ ਆਪਾਂ ਸ਼ੁਰੂ ਕਰਨਾ 7:30 ਸ਼ੋਅ ਕੱਲ ਨੂੰ। ਹਾਂਜੀ ਹਾਂਜੀ, ਕੱਲ 7:30 PM ਆਪਾਂ ਸ਼ੁਰੂ ਕਰ ਦੇਣਾ ਜੀ ਸ਼ੋਅ ਬਿਲਕੁਲ, ਤੇ ਸ਼ਾਰਪ 7:30, ਤੇ ਮੈਨੂੰ ਇਹੀ ਆ ਕਿ ਵੀ ਆਪਣਾ ਟਾਈਮ ਸਿਰ ਸਾਰੇ ਪਹੁੰਚ ਜਾਣ, ਤੇ ਜਿੰਨਾ ਕੁ ਮੇਰਾ ਆਈਡੀਆ ਵਾ ਆਲਮੋਸਟ 70-80% ਲੋਕਾਂ ਕੋਲੇ ਤਾਂ ਟਿਕਟਾਂ ਮਿਲ ਗਈਆਂ ਨੇ। ਹਾਂਜੀ, ਤੇ ਬਸ ਆਉਣ ਤੇ ਆਪਣੀਆਂ ਸੀਟਾਂ ਤੇ ਬਹਿਣ ਤੇ ਆਪਾਂ ਬਸ ਤੇ ਕਰੀਏ ਬਸ ਸ਼ੋਅ ਸ਼ੁਰੂ ਜੀ। ਡੈਫੀਨੇਟਲੀ, ਸੋ ਵਾਂਸ ਅਗੇਨ ਇੱਕ ਵਾਰ ਫੇਰ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਬੋਰਾ ਬ੍ਰਦਰਸ, ਵਿਨੇ ਬੋਰਾ, ਵਿਕਰਮ ਬੋਰਾ ਭਾਜੀ ਹੁਣੀ, SP ਪ੍ਰੋਡਕਸ਼ਨ ਅਮਨ ਸਿੱਧੂ ਹੁਣੀ, ਐਂਡ ਆਪਣੇ ਜਾਸ ਸਿੱਧੂ ਹੁਣੀ ਅੰਮ੍ਰਿਤਸਰ ਕਲੱਬ ਫਰੈਸਨੋ, ਜੋ ਕਿ ਬੜੇ ਮਾਣ ਨਾਲ ਆਪਣੇ ਸ਼ਹਿਰ ਦੇ ਵਿੱਚ ਰਣਜੀਤ ਬਾਵੇ ਨੂੰ ਲੈ ਕੇ ਆ ਰਹੇ ਆਪਣੇ ਪਿੰਡ ਫਰੈਸਨੋ ਨੂੰ 11 August ਨੂੰ। ਤਾਂ ਵਿਸ਼ੇਸ਼ ਤੌਰ ਤੇ ਜਿੰਨੇ ਵੀ ਜਿਨ੍ਹਾਂ ਨੇ ਵੀ ਸਪੋਂਸਰਸ਼ਿਪਾਂ ਦਿੱਤੀਆਂ ਹੈਗੀਆਂ, ਜਿਵੇਂ ਜਿਨ੍ਹਾਂ ਨੇ ਵੀ ਆਹ ਸ਼ੋਅ ਦੀ ਸਪੋਰਟ ਕੀਤੀ ਆ ਫਰੈਸਨੋ ਦੇ ਵਿੱਚ ਰਣਜੀਤ ਬਾਵੇ ਦੀ ਸ਼ੋਅ ਦੀ, ਜਾਂ ਹੋਰ ਵੀ ਤੁਸੀਂ ਜੋ ਬਾਹਰ ਸ਼ੋਅ ਹੋ ਰਿਹਾ ਰਣਜੀਤ ਬਾਵੇ ਦੇ, ਤੁਸੀਂ ਸਪੋਰਟ ਕਰ ਰਹੇ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਤਾਂ ਬਾਕੀ ਵਿਨੇ ਬੋਰਾ ਭਾਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਰਣਜੀਤ ਬਾਵੇ ਨਾਲ ਰਣਜੀਤ ਬਾਵੇ ਨੂੰ ਇਹ ਤੇ ਲੈ ਕੇ ਆਏ ਅੱਜ ਭਾਜੀ, ਬਹੁਤ ਥੈਂਕ ਯੂ, ਅਪਰੀਸ਼ੀਏਟ ਯੂ ਮੈਨ। ਥੈਂਕ ਯੂ ਬ੍ਰਦਰ, ਥੈਂਕ ਯੂ ਗੁਰਦੀਪ, ਰਣਜੀਤ ਬਾਵੇ ਦੇ ਨਾਲ। ਸੋ ਹੁਣ ਤੁਸੀਂ ਹੁਮ ਹੁਮਾ ਕੇ ਜੋ ਰਣਜੀਤ ਬਾਵੇ ਦੇ ਸ਼ੋਅ ਤੇ ਜਰੂਰ ਪਹੁੰਚਣਾ, ਤਾਂ ਲਓ ਜੀ ਉਹਦੇ ਲਾਈਵ ਅਖਾੜੇ ਚੋਂ ਕੁਝ ਬੋਲ।